ਮੈਂ ਪਹਿਲੀ ਵਾਰੀ 1996 ਦੇ ਵਿੱਚ ਹੀ ਇਸ ਪਾਵਨ ਸਥਾਨ ਦੇ ਦਰਸ਼ਨ ਕੀਤੇ, ਇੱਥੇ ਆਇਆ। ਪਾਕਿਸਤਾਨ ਦੇ ਅੰਦਰ 135 ਇਤਿਹਾਸਕ ਪਾਵਨ ਸਥਾਨ ਹਨ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਪਾਵਨ ਕਰਤੱਵਾਂ ਦੀ ਛੋਹ ਪ੍ਰਾਪਤ ਹੈ। ਉਹ 135 ਚੀਨ ਦੀ ਸੀਮਾ ਤੋਂ ਲੈ ਕੇ ਕਰਾਚੀ ਤਿੱਕਰ ਛੋਟੇ ਛੋਟੇ ਪਿੰਡਾਂ, ਵੱਡੇ ਸ਼ਹਿਰਾਂ ਦੇ ਵਿੱਚ ਸੁਸ਼ੋਭਿਤ ਨੇ। ਇਹ ਉਹ ਅਸਥਾਨ ਨੇ ਜਿਨ੍ਹਾਂ ਵਿੱਚੋਂ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਘੱਟੋ ਘੱਟ ਕੋਈ 80 ਦੇ ਕਰੀਬ ਪਾਵਨ ਸਥਾਨ ਨੇ ਔਰ ਉਹਨਾਂ ਦੇ ਨਾਲ ਸਾਖੀਆਂ ਜੁੜੀਆਂ ਹੋਈਆਂ ਨੇ ਕਿ ਇਹ ਉਹ ਪਾਵਨ ਸਥਾਨ ਹੈ ਜਿੱਥੇ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਬੰਨੂ ਜੀ ਨੂੰ ਖਾਰੀ ਬੀੜ ਦਿੱਤੀ ਔਰ ਉਹਨਾਂ ਨੂੰ ਕਿਹਾ ਕਿ ਲਾਹੌਰ ਤੋਂ ਜਾ ਕੇ ਇਹਦੀ ਬਾਇੰਡਿੰਗ ਕਰਵਾ ਕੇ ਲਿਆਓ। ਉਹਨਾਂ ਨੇ ਇੱਥੇ ਕੁਝ ਸਮਾਂ ਬਿਤਾਇਆ ਅਤੇ ਉਹਦੇ ਵਿੱਚ ਕੁਝ ਵਾਧੂ ਸ਼ਬਦ ਜਿਹੜੇ ਨੇ ਉਹ ਪਾ ਦਿੱਤੇ ਜਿਹੜੀ ਬਾਅਦ 'ਚ ਖਾਰੀ ਬੀੜ ਅਖਵਾਈ ਔਰ ਉਹ ਬੀੜ ਜਿਹੜੀ ਸੀ 1947 ਤੱਕ ਮਾਂਗੜ ਜ਼ਿਲ੍ਹਾ ਗੁਜਰਾਤ ਦੇ ਵਿੱਚ ਸੁਸ਼ੋਭਿਤ ਰਹੀ ਔਰ ਉਸ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਚਲੀ ਗਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ 84 ਦਾ ਜਿਹੜਾ ਹੋਇਆ ਸੀ ਹਰਿਮੰਦਰ ਸਾਹਿਬ ਦੇ ਅੰਦਰ ਉਹਦੇ 'ਚ ਉਸ ਬੀੜ ਨੂੰ ਨੁਕਸਾਨ ਪਹੁੰਚਿਆ। ਇਸ ਧਰਤੀ ਤੋਂ ਇੱਕ ਗੱਲ ਬਹੁਤ ਪੱਕੀ ਹੈ ਕਿ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਵਿਹੜਾ ਇੰਝ ਹੀ ਵਸਦਾ ਰਹੇ ਤਾਂ ਫਿਰ ਆਪਣੀ ਅਗਲੀ ਪੀੜ੍ਹੀ ਨੂੰ ਇਹਨਾਂ ਪਾਵਨ ਸਥਾਨਾਂ ਦੇ ਨਾਲ ਜੋੜੋ। ਜਦੋਂ ਤੁਸੀਂ ਇਹਨਾਂ ਨੂੰ ਇਹਨਾਂ ਸਥਾਨਾਂ ਦੇ ਨਾਲ ਜੋੜੋਗੇ ਤਾਂ ਇਹ ਇੱਕ ਵਿਹੜਾ ਇੰਝ ਹੀ ਹਰਾ ਭਰਿਆ ਰਹੇਗਾ। ਇੰਝ ਹੀ ਇੱਥੇ ਗੁਰਬਾਣੀ ਦਾ ਕੀਰਤਨ ਚੱਲਦਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਇਸ ਵੇਲੇ ਸਾਡੇ ਕੋਲ ਜਮਰੌਤ ਕਲੱਬ USA ਤੋਂ ਕਾਫੀ ਲੋਕ ਆਏ ਹੋਏ ਨੇ ਔਰ ਜਿੱਥੇ ਅਸੀਂ ਕੱਲ੍ਹ ਕਾਨਫਰੰਸ ਕੀਤੀ, ਵਿਚਾਰ ਵਟਾਂਦਰਾ ਕੀਤਾ, ਉੱਥੇ ਹੀ ਨਾਲ ਦੇ ਨਾਲ ਸਾਡੀ ਯਾਤਰਾ ਵੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਅੱਜ ਅਸੀਂ ਜਿਸ ਅਸਥਾਨ 'ਤੇ ਪਹੁੰਚੇ ਹਾਂ, ਇਸ ਗੁਰਦੁਆਰਾ ਦਾ ਨਾਮ ਹੈ ਗੁਰਦੁਆਰਾ ਡੇਰਾ ਚਾਲ। ਇਸ ਪਿੰਡ ਦਾ ਨਾਮ ਚੁੱਕੇ ਡੇਰਾ ਚਾਲ ਹੈ, ਇਸ ਕਰਕੇ ਇਸ ਦਾ ਨਾਮ ਵੀ ਡੇਰਾ ਚਾਲ ਹੈ ਔਰ ਇਸ ਦਾ ਇਤਿਹਾਸ ਇਹ ਹੈ ਕਿ ਬੇਬੇ ਨਾਨਕੀ ਜੀ ਦਾ ਜਨਮ ਇਸ ਥਾਂ 'ਤੇ ਹੋਇਆ। ਜਦੋਂ ਆਪਾਂ ਸਿੱਖ ਧਰਮ ਦੀ ਹਿਸਟਰੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਿੱਥੇ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਸਥਾਨ, ਜਿੱਥੇ ਉਹ ਪੈਦਾ ਹੋਏ ਨਨਕਾਣਾ ਸਾਹਿਬ, ਉਹ ਅਹਿਮ ਹੈ ਜਾਂ ਉਹਦੀ ਅਹਿਮੀਅਤ ਹੈ। ਇਸੇ ਤਰ੍ਹਾਂ ਜਿਸ ਜਗ੍ਹਾ ਦੇ ਉੱਪਰ ਅੱਜ ਮੈਂ ਖੜ੍ਹਾ ਵਾਂ, ਜਿਸ ਪਿੰਡ ਦੇ ਵਿੱਚ ਅੱਜ ਮੈਂ ਖੜ੍ਹਾ ਵਾਂ, ਇਸ ਦੀ ਵੀ ਬਹੁਤ ਅਹਿਮੀਅਤ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ, ਜਿਨ੍ਹਾਂ ਦੀ ਤੁਸੀਂ ਜਦੋਂ ਪੂਰੀ ਜ਼ਿੰਦਗੀ ਨੂੰ ਪੜ੍ਹਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਹਮੇਸ਼ਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਥ ਦਿੱਤਾ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਜ਼ਿੰਦਗੀ ਹੈ, ਜਿਹੜੀ ਲਾਈਫ ਹੈ,
ਕਿਉਂਕਿ ਆਪਾਂ ਇਨਸਾਨ ਹੋਣ ਦੇ ਨਾਤੇ ਉਹਨੂੰ ਸਮਝ ਨਹੀਂ ਸਕਦੇ, ਕਿਉਂਕਿ ਸਾਡੀ ਸ਼ਾਇਦ ਸੁਰਤ ਜਾਂ ਸਾਡਾ ਸ਼ਾਇਦ ਜ਼ਿਹਨ ਜਿਹੜਾ ਹੈ ਉਹ ਇਤਨਾ ਹੀ ਹੈ। ਲੇਕਿਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਚੁੱਕੇ ਰੱਬੀ ਬਖਸ਼ਿਸ਼ ਸੀ। ਸੋ ਜਦੋਂ ਆਪਾਂ ਵੇਖਦੇ ਹਾਂ ਕਿ ਦੁਨੀਆ ਦਾ ਮੁਕਾਬਲਾ ਕਰਦੇ ਨੇ ਜਾਂ ਉਹ ਘਰ ਦਾ ਮੁਕਾਬਲਾ ਕਰਦੇ ਨੇ ਜਾਂ ਉਹ ਮਾਹੌਲ ਦਾ ਮੁਕਾਬਲਾ ਕਰਦੇ ਨੇ, ਕਿਉਂਕਿ ਜਿੱਥੇ ਉਹਨਾਂ ਨੇ ਜੰਝੂ ਨਹੀਂ ਬਣਿਆ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਾ ਸੌਦਾ ਕੀਤਾ, ਜਿੱਥੇ ਉਹਨਾਂ ਨੂੰ ਰਬਾਬ ਦੀ ਜ਼ਰੂਰਤ ਹੋਈ, ਹਰ ਥਾਂ 'ਤੇ ਤੁਹਾਨੂੰ ਇੱਕ ਹੀ ਸ਼ਖਸੀਅਤ ਦਾ ਨਾਮ ਨਜ਼ਰ ਆਏਗਾ ਜਿਨ੍ਹਾਂ ਦਾ ਨਾਂ ਹੈ ਬੇਬੇ ਨਾਨਕੀ ਜੀ। ਔਰ ਬੇਬੇ ਨਾਨਕੀ ਜੀ ਦਾ ਜਨਮ ਇਸ ਪਿੰਡ ਦੇ ਵਿੱਚ ਹੋਇਆ, ਡੇਰਾ ਚਾਲ ਦੇ ਵਿੱਚ, ਔਰ ਇੱਥੇ ਬਾਬਾ ਜੀ ਦੇ ਨਾਨਕੇ ਵਸਿਆ ਕਰਦੇ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿੱਥੇ ਉਹਨਾਂ ਨੇ ਇੱਕ ਵੱਖਰਾ ਧਰਮ ਚਲਾਇਆ, ਵੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਿਧਰੇ ਵੀ ਇਹ ਨਹੀਂ ਦੱਸਿਆ ਕਿ ਮੈਂ ਇੱਕ ਵੱਖਰਾ ਧਰਮ ਚਲਾ ਰਿਹਾ, ਲੇਕਿਨ ਇਹਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਸੇਰ ਪੁੱਤਰ ਜਿਹੜੇ ਸਨ ਉਹਨਾਂ ਨੇ ਵੀ ਇੱਕ ਵੱਖਰਾ ਧਰਮ ਚਲਾਇਆ, ਜਿਨ੍ਹਾਂ ਦਾ ਨਾਮ ਸੀ ਬਾਬਾ ਰਾਮ ਥੰਮਣ ਜੀ। ਔਰ ਉਹ ਵੀ ਇਸ ਪਿੰਡ ਤੋਂ ਕੋਈ ਬਹੁਤ ਜ਼ਿਆਦਾ ਦੂਰ ਨਹੀਂ ਬਲਕਿ ਕਰੀਬ ਹੀ ਸਨ, ਤਕਰੀਬਨ 30-40 ਕਿਲੋਮੀਟਰ ਦੀ ਦੂਰੀ 'ਤੇ ਹੈ। ਅਗਰ ਆਪਾਂ ਇਸ ਪਿੰਡ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਲਾਗੇ ਲਾਗੇ ਗੁਰੂ ਨਾਨਕ ਦੇਵ ਜੀ ਦੇ ਬਹੁਤ ਸਾਰੇ ਅਸਥਾਨ ਨੇ। ਇਸ ਰੋਡ ਦਾ ਨਾਂ ਹੀ ਬੇਦੀਆਂ ਰੋਡ ਹੈ, ਜਿਸ ਥਾਂ 'ਤੇ ਇਹ ਗੁਰਦੁਆਰਾ ਹੈ ਜਾਂ ਜਿਸ ਥਾਂ 'ਤੇ ਇਹ ਪਿੰਡ ਹੈ। ਸੋ ਇੱਥੋਂ ਹੀ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇੱਥੇ ਸਾਡਾ ਕਾਫੀ ਇਤਿਹਾਸ ਜਿਹੜਾ ਹੈ ਉਹ ਮੌਜੂਦ ਹੈ। ਤਕਰੀਬਨ ਸਾਰਾ ਜੱਥਾ ਜਿਹੜਾ ਹੈ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਿਹਾ ਹੈ, ਔਰ ਆਪਾਂ ਅੰਦਰ ਜਦੋਂ ਦੀਵਾਨ ਸੱਜੇਗਾ ਤਾਂ ਸਾਡੇ ਨਾਲ ਇਕਬਾਲ ਕੈਸਰ ਜੀ ਵੀ ਹੋਣਗੇ, ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਜਦੋਂ ਇੰਟਰਨੈਟ ਨਹੀਂ ਹੋਇਆ ਕਰਦਾ ਸੀ ਔਰ ਉਸ ਸਮੇਂ ਦੇ ਵਿੱਚ ਜਦੋਂ ਲੋਕਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਸੀ ਕਿ ਅਸੀਂ 1947 ਦੇ ਵਿੱਚ ਕੀ ਕੁਝ ਖੋ ਚੁੱਕੇ ਹਾਂ, ਕਿਉਂਕਿ ਇਤਿਹਾਸ ਕਿਸੇ ਵੀ ਧਰਮ ਦਾ ਜਿਹੜਾ ਹੈ ਉਹ ਬੜਾ ਅਹਿਮ ਵਰਕਾ ਹੁੰਦਾ ਹੈ, ਇਤਿਹਾਸ ਤੋਂ ਬਗੈਰ ਕੋਈ ਵੀ ਧਰਮ ਜਿਹੜਾ ਹੈ ਉਹ ਖੜ ਨਹੀਂ ਸਕਦਾ। ਔਰ ਉਸ ਇਤਿਹਾਸ ਦਾ ਜਿਹੜਾ ਇੱਕ ਅੰਦਾਜ਼ਾ ਲਾਉਣਾ ਸੀ ਕਿ ਬਈ ਨੁਕਸਾਨ ਕਿੰਨਾ ਕੁ ਹੋਇਆ ਹੈ, ਉਹ ਤਕਰੀਬਨ 1996 ਦੇ ਵਿੱਚ ਇਕਬਾਲ ਕੈਸਰ ਜੀ ਨੇ ਕੋਸ਼ਿਸ਼ ਸ਼ੁਰੂ ਕੀਤੀ, ਔਰ 2-3 ਸਾਲਾਂ ਦੇ ਵਿੱਚ ਉਹਨਾਂ ਨੇ ਕਾਫੀ ਗੁਰਤਾਮ ਜਿਹੜੇ ਨੇ, ਖਾਸ ਕਰਕੇ ਇਤਿਹਾਸਕ ਗੁਰਤਾਮ ਆ, ਉਹਨਾਂ ਦੇ ਉੱਪਰ ਉਹਨਾਂ ਨੇ ਇੱਕ ਕਿਤਾਬ ਲਿਖੀ। ਸੋ ਉਹ ਵੀ ਅੱਜ ਸਾਡੇ ਨਾਲ ਨੇ। ਜਿੱਦਾਂ ਹੀ ਅੰਦਰ ਦੀਵਾਨ ਸੱਜ ਜਾਏਗਾ ਅਸੀਂ ਆਪ ਜੀ ਨੂੰ ਇਕਬਾਲ ਕੈਸਰ ਜੀ ਦੇ ਨਾਲ ਮਿਲਵਾਵਾਂਗੇ, ਔਰ ਉਹਨਾਂ ਦੀ ਸਟਰਗਲ ਬਾਰੇ, ਕਿਉਂਕਿ ਦੇਖੋ ਮੇਰਾ ਜਿਹੜਾ ਕੰਮ ਹੈ ਪਿਛਲੇ 10 ਸਾਲਾਂ ਤੋਂ ਜਿਹੜਾ ਆਪਾਂ ਕੰਮ, ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਲੋਕਾਂ ਨੂੰ ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਰੂਬਰੂ ਕਰਾਂ ਜਿਨ੍ਹਾਂ ਨੇ ਵਾਕਈ ਹਕੀਕਤ ਲਾਈਫ ਦੇ ਵਿੱਚ ਜਿਹੜਾ ਹੈ ਉਹ ਕੰਮ ਕੀਤਾ। ਸੋ ਅੱਜ ਆਪਾਂ ਇਕਬਾਲ ਕੈਸਰ ਜੀ ਦੇ ਨਾਲ ਮਿਲਾਂਗੇ, ਔਰ ਉਸ ਤੋਂ ਬਾਅਦ ਆਪਾਂ ਫਿਰ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਲਈ ਰਵਾਨਾ ਹੋ ਜਾਵਾਂਗੇ।
ਦੇਵ ਜੀ ਦੇ ਨਾਨਕੇ ਪਿੰਡ ਆਪਾਂ ਬੈਠੇ ਹਾਂ ਅਤੇ ਸਾਡੇ ਵਿਚਕਾਰ ਇੱਕ ਬਹੁਤ ਹੀ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਇਕਬਾਲ ਕੈਸਰ ਜੀ ਇੱਥੇ ਮੌਜੂਦ ਨੇ। ਮੈਂ ਇਹਨਾਂ ਬਾਰੇ ਥੋੜ੍ਹਾ ਬਹੁਤ ਦੱਸਦਾ ਜਾਵਾਂ ਕਿ ਅਸੀਂ ਬਚਪਨ 'ਚ ਵੇਖਦੇ ਸੀ ਜਦੋਂ ਅਸੀਂ ਸਕੂਲ ਜਾਂਦੇ ਸੀ, ਕਿਉਂਕਿ ਬੜੀ ਛੋਟੀ ਕਮਿਊਨਿਟੀ ਸੀ ਨਨਕਾਣਾ ਸਾਹਿਬ ਦੇ ਵਿੱਚ ਸਿੱਖਾਂ ਦੀ, ਲਗਭਗ 35-40 ਘਰ ਜਾਂ 50 ਘਰ ਦੇ ਕਰੀਬ ਸੀਗੇ ਜੋ ਅਸੀਂ ਬਚਪਨ 'ਚ ਵੇਖਿਆ। ਹੁਣ ਤਾਂ ਸ਼ੁਕਰ ਹੈ 300 ਘਰ ਦੇ ਕਰੀਬ ਰਹਿ ਗਏ। ਅਤੇ ਅਸੀਂ ਵੇਖਦੇ ਸੀ ਕਿ ਇਕਬਾਲ ਕੈਸਰ ਜੀ ਅਕਸਰ ਨਨਕਾਣਾ ਸਾਹਿਬ ਆ ਕੇ ਬੱਚਿਆਂ ਨੂੰ ਵੀ ਮਿਲਦੇ ਸੀ, ਸਾਡੇ ਵੱਡਿਆਂ ਨੂੰ ਵੀ ਮਿਲਦੇ ਸੀ। ਇਹਨਾਂ ਕੋਲ ਇੱਕ ਪੈਨਸਲ, ਇੱਕ ਕਾਪੀ ਹੁੰਦੀ ਸੀ, ਬਸ ਕੁਛ ਨਾ ਕੁਛ ਲਿਖਦੇ ਰਹਿੰਦੇ ਸੀ। ਸਾਨੂੰ ਨਹੀਂ ਪਤਾ ਕਿ ਉਹ ਕੀ ਲਿਖਦੇ ਸੀ, ਲੇਕਿਨ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਗਏ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਉਸ ਦੌਰ ਦੇ ਵਿੱਚ ਜਦੋਂ ਸਫ਼ਰ ਮੁਸ਼ਕਲ ਸੀ, ਲੋਕਾਂ ਨੂੰ ਪਤਾ ਨਹੀਂ ਸੀ ਕਿ ਕਿਹੜੇ ਕਿਹੜੇ ਗੁਰੂ ਘਰ ਸਾਡੇ ਤੋਂ ਵਿਛੜ ਚੁੱਕੇ ਨੇ, ਉਸ ਵੇਲੇ ਇਹਨਾਂ ਨੇ ਅੱਜ ਤੋਂ ਤਕਰੀਬਨ ਮੇਰਾ ਖਿਆਲ 26 ਸਾਲ ਪਹਿਲੇ, ਇਹ ਖੁਦ ਤੁਹਾਨੂੰ ਬਿਹਤਰ ਦੱਸ ਸਕਦੇ ਨੇ, ਇਹਨਾਂ ਨੇ ਕਿਤਾਬ ਲਿਖੀ ਔਰ ਜੋ ਅੱਜ ਤੁਸੀਂ ਸੋਸ਼ਲ ਮੀਡੀਆ ਰਾਹੀਂ ਬੜਾ ਈਜ਼ੀ ਤੁਹਾਡੇ ਕੋਲ ਐਕਸੈਸ ਪਹੁੰਚ ਰਹੀ ਹੈ, ਉਸ ਵੇਲੇ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ। ਸੋ ਸਾਡੇ ਉੱਪਰ ਇਹਨਾਂ ਦਾ ਇੱਕ, ਮੈਂ ਸਮਝਦਾ ਕਿ ਸਿੱਖ ਕੌਮ ਦੇ ਉੱਪਰ ਇਹਨਾਂ ਦਾ ਇੱਕ ਅਹਿਸਾਨ ਹੈ ਔਰ ਮੈਂ ਇਹਨਾਂ ਨੂੰ ਦਾਵਾ ਦੇਣਾ ਕਿ ਇੱਥੇ ਆਉਣ, ਆਪਣੇ ਲਾਈਫ ਬਾਰੇ, ਆਪਣੀ ਕਿਤਾਬ ਬਾਰੇ ਥੋੜ੍ਹਾ ਬਹੁਤ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਅਸੀਂ ਅੱਜ ਜਿਸ ਪਾਵਨ ਸਥਾਨ 'ਤੇ ਬੈਠੇ ਹਾਂ, ਉਹਨਾਂ ਦੇ ਦਰਸ਼ਨ ਕਰ ਰਹੇ ਹਾਂ, ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕਿਆਂ ਦਾ ਪਿੰਡ ਸੀ ਔਰ ਇਹੀ ਉਹ ਘਰ ਸੀ ਜਿੱਥੇ ਬੇਬੇ ਨਾਨਕੀ ਜੀ ਦਾ ਜਨਮ ਹੋਇਆ। ਤੁਸੀਂ ਬਹੁਤ ਵੱਡੇ ਭਾਗੀ ਹੋ ਕਿ ਅੱਜ ਤੁਸੀਂ ਨਾਨਕੇ ਘਰ ਬੈਠੇ ਹੋ। ਇਹ ਇੱਕ ਬਹੁਤ ਹੀ ਇਤਿਹਾਸਿਕ ਸਥਾਨ ਇਸ ਪੱਖ ਤੋਂ ਵੀ ਹੈ ਕਿ ਇਹ ਉਹ ਪਾਵਨ ਸਥਾਨ ਹੈ ਜਿੱਥੇ ਪੰਜਵ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਬੰਨੂ ਜੀ ਨੂੰ ਖਾਰੀ ਬੀੜ ਦਿੱਤੀ
ਔਰ ਉਹਨਾਂ ਨੇ ਕਿਹਾ ਕਿ ਲਾਹੌਰ ਤੋਂ ਜਾ ਕੇ ਇਹਦੀ ਬਾਈਂਡਿੰਗ ਕਰਵਾ ਕੇ ਲਿਆਓ। ਉਹਨਾਂ ਨੇ ਇੱਥੇ ਕੁਝ ਸਮਾਂ ਬਿਤਾਇਆ ਅਤੇ ਉਹਦੇ ਵਿੱਚ ਕੁਝ ਵਾਧੂ ਸ਼ਬਦ ਜਿਹੜੇ ਨੇ ਉਹ ਪਾ ਦਿੱਤੇ, ਜਿਹੜੀ ਬਾਅਦ 'ਚ ਖਾਰੀ ਬੀੜ ਅਖਵਾਈ। ਔਰ ਉਹ ਬੀੜ ਜਿਹੜੀ ਸੀ 1947 ਤੱਕ ਮਾਂਗੜ ਜ਼ਿਲ੍ਹਾ ਗੁਜਰਾਤ ਦੇ ਵਿੱਚ ਸੁਸ਼ੋਭਿਤ ਰਹੀ ਔਰ ਉਸ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਚਲੀ ਗਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ 84 ਦਾ ਜਿਹੜਾ ਹੋਇਆ ਸੀ ਹਰਿਮੰਦਰ ਸਾਹਿਬ ਦੇ ਅੰਦਰ, ਉਹਦੇ 'ਚ ਉਸ ਬੀੜ ਨੂੰ ਨੁਕਸਾਨ ਪਹੁੰਚਿਆ ਔਰ ਉਹ ਅਲੋਪ ਹੋ ਗਈ। ਕੁਝ ਲੋਕ ਇਸ ਨੂੰ ਨਹੀਂ ਮੰਨਦੇ, ਖੈਰ ਇਹ ਹੋਰ ਤਰ੍ਹਾਂ ਦੀਆਂ ਗੱਲਾਂ ਨੇ। ਇਹ ਪਾਵਨ ਸਥਾਨ ਇਸ ਹਵਾਲੇ ਨਾਲ ਵੀ ਬਹੁਤ ਇਤਿਹਾਸਿਕ ਹੈ ਕਿ ਇਸੇ ਹੀ ਪਿੰਡ ਦਾ ਇੱਕ ਪੁੱਤਰ ਜਿਹਦਾ ਨਾਮ ਮਲਕ ਮਹਾਰਾਜ ਖਾਲਸ ਸੀ, ਉਹ ਜਦੋਂ ਸਾਡਾ ਪ੍ਰਾਈਮ ਮਿਨਿਸਟਰ ਬਣਿਆ 1996 ਦੇ ਵਿੱਚ, ਤਾਂ ਉਹਨੇ ਸਭ ਤੋਂ ਪਹਿਲਾਂ ਜਿਹੜਾ ਆਰਡਰ ਆਪਣੀ ਜ਼ਿੰਦਗੀ 'ਚ ਪਾਸ ਕੀਤਾ ਉਹ ਇਸ ਗੁਰਦੁਆਰੇ ਦੀ ਸੇਵਾ ਸੰਭਾਲਦਾ ਸੀ ਔਰ ਉਹਦੇ ਵਾਸਤੇ ਉਹਨੇ ਬਜਟ ਜਿਹੜਾ ਸੀ ਉਹ ਉਸੇ ਵੇਲੇ ਲਿਖ ਦਿੱਤਾ ਕਿ ਇੰਨਾ ਬਜਟ ਦਿੱਤਾ ਜਾਵੇ। ਔਰ ਇਹ ਬਜਟ ਜਿਹੜਾ ਹੈ ਇਹਦੇ ਨਾਲ ਇਹਦੀ ਰੈਨੋਵੇਸ਼ਨ ਹੋਈ ਔਰ ਅੱਜ ਤੁਸੀਂ ਇਸ ਪਾਵਨ ਸਥਾਨ 'ਤੇ ਬੈਠੇ ਹੋ। ਮੈਂ ਪਹਿਲੀ ਵਾਰੀ 1996 ਦੇ ਵਿੱਚ ਹੀ ਇਸ ਪਾਵਨ ਸਥਾਨ ਦੇ ਦਰਸ਼ਨ ਕੀਤੇ, ਇੱਥੇ ਆਇਆ। ਪਾਕਿਸਤਾਨ ਦੇ ਅੰਦਰ 135 ਇਤਿਹਾਸਕ ਪਾਵਨ ਸਥਾਨ ਹਨ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਪਾਵਨ ਕਰਤੱਵਾਂ ਦੀ ਛੋਹ ਪ੍ਰਾਪਤ ਹੈ। ਉਹ 135 ਚੀਨ ਦੀ ਸੀਮਾ ਤੋਂ ਲੈ ਕੇ ਕਰਾਚੀ ਤਿੱਕਰ ਛੋਟੇ ਛੋਟੇ ਪਿੰਡਾਂ ਵੱਡੇ ਸ਼ਹਿਰਾਂ ਦੇ ਵਿੱਚ ਸੁਸ਼ੋਭਿਤ ਨੇ। ਇਹ ਉਹ ਅਸਥਾਨ ਨੇ ਜਿਨ੍ਹਾਂ ਵਿੱਚੋਂ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਘੱਟੋ ਘੱਟ ਕੋਈ 80 ਦੇ ਕਰੀਬ ਪਾਵਨ ਸਥਾਨ ਨੇ ਔਰ ਉਹਨਾਂ ਦੇ ਨਾਲ ਸਾਖੀਆਂ ਜੁੜੀਆਂ ਹੋਈਆਂ ਨੇ। ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਵਿੱਚੋਂ ਕੁਝ ਸਾਖੀਆਂ ਤੁਹਾਡੇ ਸਾਹਮਣੇ ਬਿਆਨ ਕਰਾਂ, ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ, ਮੈਂ ਬਹੁਤ ਸਾਲ ਪਹਿਲੇ ਜਦੋਂ ਅਜੇ ਭੁਪਿੰਦਰ ਸਕੂਲ ਪੜ੍ਹਦਾ ਸੀ ਮੈਂ ਉਹਨਾਂ ਵੇਲਿਆਂ ਦੇ ਵਿੱਚ ਇਹਨਾਂ ਪਾਵਨ ਸਥਾਨਾਂ 'ਤੇ ਜਾਂਦਾ, ਦਰਸ਼ਨ ਕਰਦਾ। ਉਸ ਵੇਲੇ ਕੋਈ ਵੀ ਸਾਧਨ ਇਹੋ ਜਿਹਾ ਨਹੀਂ ਸੀ ਜਿਹੋ ਜਿਹੇ ਅੱਜ ਸਾਧਨ ਮੌਜੂਦ ਨੇ, ਤਾਂ ਮੈਂ ਇਹਨਾਂ ਥਾਵਾਂ ਦੇ ਉੱਤੇ ਪੈਦਲ ਚੱਲ ਕੇ ਵੀ ਗਿਆ, ਮੈਂ ਇਹਨਾਂ ਥਾਵਾਂ ਦੇ ਉੱਤੇ ਹਵਾਈ ਜਹਾਜ਼ ਦਾ ਸਫ਼ਰ ਵੀ ਕੀਤਾ ਹੈ, ਮੈਂ ਤਾਂਗਿਆਂ 'ਤੇ ਖੋਤੀਆਂ ਰੇੜੀਆਂ 'ਤੇ ਬਹਿ ਕੇ ਔਰ ਇਹਨਾਂ ਥਾਵਾਂ 'ਤੇ ਜਾਂਦਾ ਰਿਹਾ ਔਰ ਦਰਸ਼ਨ ਕਰਦਾ ਰਿਹਾ। ਮੈਂ ਸ਼ਾਇਦ ਪਾਕਿਸਤਾਨ ਦੇ ਅੰਦਰ ਉਹ ਪਹਿਲਾ ਬੰਦਾ ਹਾਂ ਜਿਹਨੇ ਪਾਕਿਸਤਾਨ ਵਿੱਚ ਰਹਿ ਗਏ ਸਾਰੇ ਇਤਿਹਾਸਿਕ ਪਵਿੱਤਰ ਸਥਾਨਾਂ ਦੇ ਦਰਸ਼ਨ ਕੀਤੇ ਹਨ, ਮੱਥਾ ਟੇਕਿਆ ਹੈ। ਇਹਦੇ 'ਚ ਮੇਰੀ ਕੋਈ ਬਹਾਦਰੀ ਨਹੀਂ, ਇਹ ਉਸ ਅਕਾਲ ਪੁਰਖ ਦੀ ਮਿਹਰਬਾਨੀ ਹੈ ਕਿ ਉਹਨੇ ਮੇਰੇ ਕੋਲ ਇੱਕ ਕੰਮ ਲੈਣਾ ਸੀ ਸੋ ਮੈਂ ਇਹ ਕੰਮ ਕੀਤਾ। ਇਸ ਕੰਮ ਜਿਹੜਾ ਉਹਨਾਂ ਸਮਿਆਂ ਦੇ ਵਿੱਚ
ਇਸ ਤਰੀਕੇ ਨਾਲ ਕਰਨਾ। ਔਰ ਫਿਰ ਕਿਉਂਕਿ ਮੈਂ ਇੱਕ ਪ੍ਰਾਇਮਰੀ ਸਕੂਲ ਮਾਸਟਰ ਸੀ, ਮੇਰੇ ਕੋਲ ਇੰਨੀ ਤਾਕਤ ਨਹੀਂ ਸੀ ਕਿ ਮੈਂ ਇਹੋ ਜਿਹੀ ਇੱਡੀ ਵੱਡੀ ਕਿਤਾਬ ਛਾਪ ਸਕਦਾ, ਪਰ ਪ੍ਰਮਾਤਮਾ ਨੇ ਐਸਾ ਕਰਮ ਕੀਤਾ ਕਿ ਹੌਲੀ ਹੌਲੀ ਕਰਦਿਆਂ ਕਰਦਿਆਂ 1998 ਦੇ ਵਿੱਚ ਮੇਰੀ ਕਿਤਾਬ ਛਪ ਕੇ ਸਾਹਮਣੇ ਆਈ। ਇਹਦੇ ਅੰਦਰ 175 ਪਾਵਨ ਸਥਾਨ ਜਿਹੜੇ ਨੇ ਜਾਂ ਇਤਿਹਾਸਕ ਸਥਾਨ ਜਿਹੜੇ ਨੇ ਉਹ ਸੁਸ਼ੋਭਿਤ ਨੇ, ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ, ਗੁਰੂ ਅਰਜਨ ਦੇਵ ਜੀ ਦੇ ਨਾਲ, ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਸੁਸ਼ੋਭਿਤ ਥਾਵਾਂ ਹਨ, ਉੱਥੇ ਬਾਬਾ ਫਰੀਦ ਜੀ ਦੇ ਨਾਲ ਵੀ ਜੁੜੀਆਂ ਹੋਈਆਂ ਥਾਵਾਂ ਇਹਦੇ 'ਚ ਮੌਜੂਦ ਨੇ। ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਵੱਡੇ ਜਰਨੈਲ ਸਨ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਾਵਾਂ ਵੀ ਇਹਦੇ 'ਚ ਮੈਂ ਉਹਨਾਂ ਦਾ ਜ਼ਿਕਰ ਵੀ ਕੀਤਾ। ਬਹੁਤ ਸਾਰੀਆਂ ਐਸੀਆਂ ਸਾਖੀਆਂ ਜਿਹੜੀਆਂ ਪਾਕਿਸਤਾਨ ਦੇ ਇਹਨਾਂ ਪਵਿੱਤਰ ਸਥਾਨਾਂ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਤੁਸੀਂ ਸਿਰਫ ਪੜ੍ਹਿਆ ਹੋਏਗਾ ਕਿਤਾਬਾਂ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਸੁਣਿਆ ਹੋਏਗਾ ਪਾਠੀਆਂ ਕੋਲੋਂ, ਜਾਂ ਜਿਹੜੇ ਬੋਲਦੇ ਨੇ ਬੁਲਾਰੇ ਉਹਨਾਂ ਕੋਲ ਸੁਣਿਆ ਹੋਏਗਾ। ਲੇਕਿਨ ਮੇਰਾ ਨਹੀਂ ਖਿਆਲ ਕਿ ਇਸ ਜਨਰੇਸ਼ਨ ਦੇ ਵਿੱਚੋਂ ਕਿਸੇ ਨੇ ਉਹਨਾਂ ਥਾਵਾਂ ਦੇ ਦਰਸ਼ਨ ਕੀਤੇ ਹੋਣ। ਉਹ ਥਾਵਾਂ ਕਿੱਥੇ ਕਿੱਥੇ ਨੇ, ਉੱਥੇ ਕਿਵੇਂ ਜਾ ਸਕੇ ਦੇ? ਅੱਜ ਸਾਡੀ ਗੌਰਮੈਂਟ ਨੇ ਬਹੁਤ ਸਾਰੀਆਂ ਥਾਵਾਂ ਦੀ ਰੈਨੋਵੇਸ਼ਨ ਕਰ ਦਿੱਤੀ ਹੈ, ਬਹੁਤ ਸਾਰਿਆਂ ਨੂੰ ਬਹੁਤ ਸੁੰਦਰ ਬਣਾ ਦਿੱਤਾ ਹੈ। ਇੱਕ ਸਮਾਂ ਸੀ ਕਿ ਸਾਰੇ ਪਾਵਨ ਸਥਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਸਨ, ਤਾਂ ਬਹੁਤ ਸਾਲ ਬੰਦ ਪੈ ਰਿਹਾ ਹੈ। ਫਿਰ ਇੱਥੇ ਸਾਡੀ ਕਮੇਟੀ ਬਣੀ, ਉਹਨਾਂ ਨੇ ਵੀ ਹੌਲੀ ਹੌਲੀ ਕੰਮ ਸ਼ੁਰੂ ਕੀਤਾ। ਅੱਜ ਕਰਤਾਰਪੁਰ ਸਾਹਿਬ ਵੀ ਤੁਹਾਡੇ ਸਾਹਮਣੇ ਹੈ, ਅੱਜ ਤੁਹਾਡੇ ਸਾਹਮਣੇ ਹੋਰ ਬਹੁਤ ਸਾਰੇ ਗੁਰਦੁਆਰੇ ਹਨ ਜਿਹੜੇ ਖੋਲ੍ਹੇ ਗਏ ਖੁੱਲ੍ਹੇ ਦਰਸ਼ਨ ਦੀਦਾਰਾਂ ਵਾਸਤੇ। ਪਰ ਅਜੇ ਵੀ ਸਕਰਦੂ ਤੋਂ ਲੈ ਕੇ ਕਰਾਚੀ ਤੱਕ ਬਹੁਤ ਸਾਰੇ ਪਾਵਨ ਸਥਾਨ ਹਨ ਜਿਹੜੇ ਅਜੇ ਸੇਵਾ ਮੰਗ ਰਹੇ ਨੇ, ਔਰ ਹੌਲੀ ਹੌਲੀ ਗੌਰਮੈਂਟ ਜਿਹੜੀ ਹੈ ਉਹਨਾਂ ਨੂੰ ਅੱਗੇ ਵੱਧ ਰਹੀ ਹੈ, ਖੋਲ੍ਹ ਰਹੀ ਹੈ। ਤੁਸੀਂ ਇੱਕ ਸਾਖੀ ਸੁਣੀ ਹੋਊਗੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਐਸੇ ਸਥਾਨ 'ਚ ਪਹੁੰਚੇ ਜਿੱਥੇ ਪਹਿਲਾਂ ਤਾਂ ਲੋਕਾਂ ਨੇ ਬਹੁਤ ਸ਼ਰਧਾ ਵਿਖਾਈ ਅਤੇ ਫਿਰ ਆਪ ਨੂੰ ਦੀਵਾਨਾ ਕਿਹਾ ਔਰ ਬੁਰਾ ਵਿਵਹਾਰ ਕੀਤਾ। ਆਪ ਉੱਥੋਂ ਚੱਲ ਕੇ ਉਸ ਤੋਂ ਉਸ ਸ਼ਹਿਰ ਤੋਂ ਕੇਵਲ 2 ਕਿਲੋਮੀਟਰ ਦੂਰ ਇੱਕ ਹੋਰ ਸਥਾਨ 'ਤੇ ਚਲੇ ਗਏ। ਉਸ ਪਿੰਡ ਵਾਲਿਆਂ ਨੇ ਆਪ ਦੀ ਬਹੁਤ ਸੇਵਾ ਕੀਤੀ। ਜਦੋਂ ਆਪ ਉੱਥੋਂ ਚੱਲੇ ਪਏ ਤਾਂ ਆਪ ਨੇ ਉਹਨਾਂ ਨੂੰ ਫਰਮਾਇਆ, ਜਿੱਥੋਂ ਪਹਿਲਾਂ ਆਏ ਸਨ ਉਹਨਾਂ ਨੂੰ ਕਿਹਾ ਸੀ ਵਸਦੇ ਰਹੋ, ਔਰ ਫਿਰ ਜਿੱਥੇ ਦੂਜੀ ਜਗ੍ਹਾ 'ਤੇ ਆ ਕੇ ਬੈਠੇ ਉਹਨਾਂ ਨੂੰ ਕਿਹਾ ਉੱਜੜ ਜਾਓ। ਅੱਜ ਦੋਵੇਂ ਪਾਵਨ ਸਥਾਨ ਮੌਜੂਦ ਹਨ, ਸੁਸ਼ੋਭਿਤ ਹਨ, ਤੁਸੀਂ ਦਰਸ਼ਨ ਕਰ ਸਕਦੇ ਹੋ। ਇਹਨਾਂ ਪਾਵਨ ਸਥਾਨਾਂ ਦੇ ਨਾਲ ਜੁੜੀਆਂ ਹੋਈਆਂ ਇਹ ਸਾਖੀਆਂ,
ਇਹ ਪਾਵਨ ਸਥਾਨ ਕਿੱਥੇ ਕਿੱਥੇ ਹਨ? ਜਿੱਥੇ ਆਪਣੇ ਕਿਹਾ ਉਜੜ ਵਸਦੇ ਰਹੋ, ਉਸ ਪਿੰਡ ਦਾ ਨਾਮ ਹੈ ਕੰਗਣਪੁਰ, ਇਹਦਾ ਡਿਸਟ੍ਰਿਕਟ ਹੈ ਕਸੂਰ। ਔਰ ਇਸ ਤੋਂ ਕੇਵਲ 2 ਕਿਲੋਮੀਟਰ ਦੂਰ ਉਹ ਛੋਟਾ ਜਿਹਾ ਪਿੰਡ ਹੈ ਜਿੱਥੇ ਆਪਣੇ ਕਿਹਾ ਸੀ ਉਜੜ ਜਾਓ। ਔਰ ਉਸ ਪਾਵਨ ਸਥਾਨ ਦਾ ਉਹ ਜਿਹੜਾ 2 ਕਿਲੋਮੀਟਰ ਦੂਰ ਹੈ, ਉਸ ਪਿੰਡ ਦਾ ਨਾਮ ਹੈ ਮਾਨਕ ਦੇ ਕੇ। ਇਹ ਜਿਹੜੇ ਸਥਾਨ ਨੇ, ਇਹ ਠੀਕ ਹੈ ਕਿ ਅੱਜ ਸਾਡੇ ਕੋਲ ਨੇ, ਪਾਕਿਸਤਾਨ ਸਰਕਾਰ ਕੋਲ ਨੇ, ਪਰ ਹੈ ਤਾਂ ਖਾਲਸਾ ਪੰਥ ਦੇ। ਇਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਕਰੋ। ਮੈਂ ਆਪਣੀ ਕਿਤਾਬ ਦੇ ਵਿੱਚ, ਕਿਉਂਕਿ ਬਹੁਤ ਪੁਰਾਣੀ ਛਪੀ ਹੋਈ ਹੈ, ਬਹੁਤ ਸਾਰੇ ਐਸੇ ਸਥਾਨ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਸ਼ਾਇਦ ਉਸ ਤਰ੍ਹਾਂ ਨਹੀਂ ਜਾਣ ਸਕਦੇ। ਔਰ ਇਹ ਸਥਾਨ, ਇਹ ਉਹ ਪਾਵਨ ਸਥਾਨ ਹੈ ਜਿੱਥੇ ਆਪਣੇ ਕਿਹਾ ਸੀ ਵਸਦੇ ਰਹੋ। ਇਸ ਤੋਂ ਕੇਵਲ 2 ਕਿਲੋਮੀਟਰ ਦੂਰ ਪਿੰਡ ਮਾਨਕ ਦੇ ਕੇ, ਉਪਜ 2 ਕਿਲੋਮੀਟਰ ਦੂਰ ਪਿੰਡ ਮਾਨਕ ਦੇ ਕੇ, ਇਹ ਹੈ ਉਹ ਸਥਾਨ ਜਿੱਥੇ ਆਪਣੇ ਕਿਹਾ ਸੀ ਉੱਜੜ ਜਾਓ। ਅੱਜ ਵੀ ਇਹ ਸਥਾਨ ਉਸੇ ਹੀ ਉੱਜੜ ਜਾਓ ਦੀ ਸਥਿਤੀ ਦੇ ਵਿੱਚ ਮੌਜੂਦ ਹੈ। ਇਹ ਪਾਵਨ ਸਥਾਨ ਜਿਹੜੇ ਹਨ, ਇਹ ਨਾ ਕੇਵਲ ਸਿੱਖ ਹਿਸਟਰੀ ਦਾ, ਸਗੋਂ ਪੰਜਾਬ ਦੀ ਤਾਰੀਖ ਦਾ, ਪੰਜਾਬ ਦੇ ਇਤਿਹਾਸ ਦਾ ਹਿੱਸਾ ਹਨ। ਸੱਚੇ ਪਾਤਸ਼ਾਹ ਜੀ ਪਾਕ ਪਤਨ ਦੇ ਕੋਲ ਇੱਕ ਜਗ੍ਹਾ 'ਤੇ ਅੱਪੜੇ, ਉੱਥੇ ਆਪਣੇ ਕਾਫੀ ਦੇਰ, ਬਹੁਤ ਸਮਾਂ ਜਿਹੜਾ ਹੈ ਉੱਥੇ ਆਪਣੇ ਬੈਠ ਕੇ, ਹੋ ਨੋ ਪ੍ਰੋਬਲਮ, ਕੋਈ ਪਤਾ ਨਹੀਂ, ਉੱਥੇ ਆਪਣੇ ਬੈਠ ਕੇ ਇੱਕ ਇੰਨਾ ਵੱਡਾ ਕਾਰਜ ਕੀਤਾ, ਇੰਨਾ ਵੱਡਾ ਕਾਰਜ ਕੀਤਾ ਕਿ ਜਿਹੜਾ ਇਤਿਹਾਸ ਦੇ ਵਿੱਚ ਇੱਕ ਨੂਰ ਮਿਨਾਰਾ ਬਣ ਗਿਆ। ਉਹ ਕੀ ਸੀ? ਉਹ ਪਾਕ ਪਤਨ ਦੇ ਕੋਲ ਟਿੱਬਾ ਨਾਨਕਸਰ ਹੈ, ਜਿਹਦੀ ਹੁਣ ਪਾਕਿਸਤਾਨ ਗੌਰਮੈਂਟ ਨੇ ਸੇਵਾ ਕੀਤੀ ਹੈ। ਟਿੱਬਾ ਨਾਨਕਸਰ ਉਹ ਸਥਾਨ ਹੈ ਜਿੱਥੇ ਬੈਠ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਜੀ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਇਕੱਤਰ ਕੀਤੇ। ਇਹ ਦੋਨਾਂ ਕੌਮਾਂ ਦੇ ਵਿਚਕਾਰ ਮੁਹੱਬਤ ਦਾ, ਪਿਆਰ ਦਾ ਔਰ ਉਸ ਬਾਣੀ ਦਾ ਰਿਸ਼ਤਾ ਹੈ ਜਿਹੜਾ ਅਨਟੁੱਟ ਹੈ, ਜਿਹੜਾ ਬੜਾ ਕੁਝ ਹੋਇਆ ਪਰ ਅੱਜ ਵੀ ਉਹ ਰਿਸ਼ਤਾ ਟੁੱਟਿਆ ਨਹੀਂ ਔਰ ਕਦੇ ਟੁੱਟ ਸਕਦਾ ਨਹੀਂ। ਇਹ ਪਾਵਨ ਸਥਾਨ, ਇਹਨਾਂ ਦੀਆਂ ਬਹੁਤ ਸਾਰੀਆਂ ਯਾਦਗਾਰਾਂ ਨੇ। ਅਸੀਂ ਜਦੋਂ ਇਤਿਹਾਸ ਦੇ ਪੰਨਿਆਂ 'ਤੇ ਧਿਆਨ ਮਾਰਦੇ ਹਾਂ ਤਾਂ ਸਾਨੂੰ ਇੱਕ ਸਾਖੀ ਨਜ਼ਰ ਆਉਂਦੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਐਸੇ ਸਥਾਨ 'ਤੇ ਗਏ ਜਿੱਥੇ ਇੱਕ ਬੰਦਾ ਜਿਹੜਾ ਕਿ ਉੱਥੋਂ ਦਾ ਮਾਲਕ ਸੀ, ਉਹ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਕਦੋਂ ਇਸ ਬਾਬੇ ਦੀ ਅੱਖ ਲੱਗੇ, ਕਦੋਂ ਮੈਂ ਇਹਦੇ ਪ੍ਰਾਣ ਲਵਾਂ, ਕਦੋਂ ਮੈਂ ਇਹਦੇ ਝੋਲੇ ਦੇ ਵਿੱਚੋਂ ਧਨ ਦੌਲਤ ਇਕੱਠੀ ਕਰਾਂ। ਪਰ ਉੱਥੇ ਜਿਹੜੀ ਦੌਲਤ ਸੀ ਉਹ ਇੰਝ ਥੋੜ੍ਹਾ ਲਈ ਜਾਂਦੀ ਸੀ। ਦਿਨ ਚੜ੍ਹਿਆ ਅਤੇ ਉਹੀ ਮਨੁੱਖ ਆਪ ਦੇ ਚਰਨੀ ਆ ਲੱਗਾ। ਬਾਬਾ ਜੀ ਨੇ ਉਹਨੂੰ ਉਠਾਇਆ,
ਸੀਨੇ ਨਾਲ ਲਾਇਆ ਅਤੇ ਉਹ ਠੱਗ ਤੋਂ ਸੱਜਣ ਠੱਗ ਹੋ ਗਿਆ। ਇਹ ਮੁਲਤਾਨ ਦੇ ਕੋਲ ਜਗ੍ਹਾ ਹੈ, ਇਹਨੂੰ ਕਹਿੰਦੇ ਨੇ, ਪਿੰਡ ਦਾ ਨਾਮ ਹੈ ਮਖਦੂਮਪੁਰ ਪਹੋੜਾ। ਗੁਰਦੁਆਰਾ ਪਹਿਲੀ ਪਾਤਸ਼ਾਹੀ ਸੱਜਣ ਠੱਗ ਅੱਜ ਵੀ ਸੁਸ਼ੋਭਿਤ ਹੈ। ਬਹੁਤ ਸੁੰਦਰ ਇਮਾਰਤ ਹੈ, ਬਹੁਤ ਖੂਬਸੂਰਤ। ਪ੍ਰਕਾਸ਼ ਨਹੀਂ ਇੱਥੇ, ਕਿਉਂਕਿ ਸਾਡੇ ਕੋਲ ਇੰਨੀ ਸੰਗਤ ਹੀ ਨਹੀਂ ਕਿ ਅਸੀਂ ਉੱਥੇ ਪ੍ਰਕਾਸ਼ ਕਰ ਸਕੀਏ ਜਾਂ ਉੱਥੇ ਜਾ ਸਕੀਏ। ਫਿਰ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਥਾਵਾਂ ਜਿਨ੍ਹਾਂ ਦਾ ਇਸ ਵੇਲੇ ਸਮਾਂ ਨਹੀਂ ਕਿ ਤੁਹਾਡੇ ਸਾਹਮਣੇ ਮੈਂ ਉਹਨਾਂ ਦਾ ਇਤਿਹਾਸ ਬਿਆਨ ਕਰ ਸਕਾਂ। ਇੱਥੇ ਇੱਕ ਜਗ੍ਹਾ ਹੈਗੀ, ਉਹਨੂੰ ਕਹਿੰਦੇ ਨੇ ਟਿੱਲਾ ਬਾਲ ਗੁਲਦਾਈ। ਇਹ ਉਹ ਪਾਵਨ ਸਥਾਨ ਹੈ ਜਿਹਦੇ ਨਾਲ ਪੰਜਾਬ ਦਾ ਬਹੁਤ ਸਾਰਾ ਇਤਿਹਾਸ ਜੁੜਿਆ ਹੋਇਆ ਹੈ। ਇੱਕ ਪਾਸੇ ਉਹ ਟਿੱਲਾ ਜੋਗੀਆਂ ਹੈ, ਉੱਥੇ ਜੋਗੀਆਂ ਦਾ ਸਭ ਤੋਂ ਵੱਡਾ ਪੰਜਾਬ ਦਾ ਉਹਨਾਂ ਦਾ ਅਸਥਾਨ ਸੀ। ਦੂਸਰੇ ਬੰਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਚਰਨ ਪਾਏ ਔਰ ਉਸ ਜਗ੍ਹਾ ਦੇ ਉੱਤੇ ਜਿੱਥੇ ਆਪ ਜਾ ਕੇ ਵਿਰਾਜੇ ਉੱਥੇ ਅੱਜ ਪਾਵਨ ਸਥਾਨ ਮੌਜੂਦ ਹੈ। ਇਹ ਟਿੱਲਾ ਜੋਗੀਆਂ ਜਿੱਥੇ ਆਪ ਨੇ ਜੋਗੀਆਂ ਦੇ ਨਾਲ ਗੋਸ਼ਟੀ ਕੀਤੀ, ਉਹਦੇ ਜਿਹੜਾ ਸ਼ਬਦ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਜੀ ਦੇ ਵਿੱਚ ਸੁਸ਼ੋਭਿਤ ਹੈ। ਟਿੱਲਾ ਬਾਲ ਗੁਲਦਾਈ ਪਹਿਲੀ ਪਾਤਸ਼ਾਹੀ ਜੇਹਲਮ ਜ਼ਿਲ੍ਹੇ ਦੇ ਅੰਦਰ ਹੈ। ਇਹਦੇ ਨਾਲ ਇੱਕ ਜਗ੍ਹਾ ਹੈ ਰੋਹਤਾਸ, ਕਿਲ੍ਹਾ ਰੋਹਤਾਸ। ਇੱਥੇ ਦੋ ਵੱਡੇ ਪਾਵਨ ਸਥਾਨ ਹਨ, ਸੋਰੀ ਜੀ, ਦੋ ਵੱਡੇ ਪਾਵਨ ਸਥਾਨ ਹਨ। ਇੱਕ ਸਥਾਨ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਜਦੋਂ ਆਪ ਟਿੱਲਾ ਜੋਗੀਆਂ ਤੋਂ ਉੱਤਰ ਕੇ ਸ਼ਹਿਰ ਵੱਲੇ ਆ ਰਹੇ ਸੀ, ਜੇਹਲਮ ਸ਼ਹਿਰ ਵੱਲੇ, ਤਾਂ ਕਾਨ ਨਦੀ ਦੇ ਕਿਨਾਰੇ ਆਪ ਰੁਕੇ ਔਰ ਉੱਥੇ ਆਪ ਨੇ ਆਪਣਾ ਆਸਾ ਯਾਨੀ ਆਪਣੀ ਸੋਟੀ ਜਿਹੜੀ ਸੀ ਉਹਨੂੰ ਜ਼ਮੀਨ 'ਚ ਗੱਡਿਆ। ਉੱਥੇ ਪਾਣੀ ਨਹੀਂ ਸੀ ਅਤੇ ਪੀਣ ਵਾਲੇ ਪਵਿੱਤਰ ਪਾਣੀ ਦੇ ਫੁਆਰ ਚੁੱਟ ਪਏ। ਉਹ ਚਸ਼ਮਾ ਅੱਜ ਵੀ ਮੌਜੂਦ ਹੈ। ਲੋਕ ਜਿਹੜੇ ਉੱਥੋਂ ਦੇ ਮਕਾਮੀ ਲੋਕ ਨੇ, ਉਹ ਜਿਹੜਾ ਪਾਣੀ ਦਾ ਚਸ਼ਮਾ ਫੁੱਟਦਾ ਹੈ, ਫੁਵਾਰਾ ਨਿਕਲਦਾ ਹੈ, ਉਹਨੂੰ ਚਵਾ ਕਹਿੰਦੇ ਨੇ। ਸੋ ਗੁਰਦੁਆਰਾ ਪਹਿਲੀ ਪਾਤਸ਼ਾਹੀ ਚਵਾ ਸਾਹਿਬ ਰੋਹਤਾਸ ਜ਼ਿਲ੍ਹਾ ਜੇਹਲਮ ਇਹ ਮੌਜੂਦ ਹੈ। ਇਸੇ ਹੀ ਪਿੰਡ ਰੋਹਤਾਸ ਦੇ ਅੰਦਰ ਇੱਕ ਹੋਰ ਬਹੁਤ ਮਹਾਨ ਹਸਤੀ ਜਿਨ੍ਹਾਂ ਦਾ ਅਸਥਾਨ ਬਹੁਤ ਇਤਿਹਾਸਕ ਹੈ, ਇਸ ਪੱਖ ਤੋਂ ਨਹੀਂ ਕਿ ਉਹ ਇੱਕ ਬੀਬੀ ਹੈ, ਇਸ ਪੱਖ ਤੋਂ ਬਹੁਤ ਵੱਡਾ ਹੈ ਕਿ ਇਹਦਾ ਸੰਬੰਧ ਦਸਮ ਪਾਤਸ਼ਾਹ ਜੀ ਦੇ ਨਾਲ ਹੈ। ਇੱਕ ਬੀਬੀ ਜਿਹੜੀ ਖਾਲਸੇ ਦੀ ਮਾਂ ਸਦਵਾਈ ਮਾਤਾ ਸਾਹਿਬ ਦੇਵਾ ਜਾਂ ਮਾਤਾ ਸਾਹਿਬ ਕੌਰ, ਜਿਨ੍ਹਾਂ ਨੇ ਸਭ ਤੋਂ ਪਹਿਲੇ ਅੰਮ੍ਰਿਤ ਛਕਿਆ ਬੀਬੀਆਂ ਦੇ ਵਿੱਚੋਂ, ਔਰ ਉਹਨਾਂ ਦਾ ਜਨਮ ਸਥਾਨ ਕਿਲ੍ਹਾ ਰੋਹਤਾਸ ਦੇ ਅੰਦਰ ਹੈ। ਹੁਣ ਤਾਂ ਬਹੁਤ ਸੁੰਦਰ ਇਮਾਰਤ ਬਣ ਗਈ ਹੈ, ਲੇਕਿਨ ਇਹ ਕਿਉਂਕਿ ਤਸਵੀਰ ਪੁਰਾਣੀ ਹੈ, ਤੁਸੀਂ ਇਹਦੇ ਦਰਸ਼ਨ ਕਰ ਸਕਦੇ ਹੋ। ਇਹ ਉਹ ਬੀਬੀ ਹੈ ਜਿਹਦੀ ਝੋਲੀ 'ਚ ਦਸਮ ਪਾਤਸ਼ਾਹ ਜੀ ਨੇ ਪੰਥ ਖਾਲਸਾ ਪਾਇਆ। ਇਹ ਅੱਜ ਉਸ ਬੀਬੀ ਦਾ ਸਾਰੇ ਪੁੱਤਰ ਬੈਠੇ ਨੇ, ਧੀਆਂ ਬੈਠੀਆਂ ਨੇ। ਇਹ ਪਾਵਨ ਸਥਾਨ
ਮਾਤਾ ਸਾਹਿਬ ਦੇਵਾ ਜੀ ਦੇ ਨਾਲ ਸੰਬੰਧਿਤ ਹੈ, ਇਹਦੀ ਸੇਵਾ ਹੋ ਚੁੱਕੀ ਹੈ, ਤੁਸੀਂ ਇਹਦੇ ਦਰਸ਼ਨ ਕਰ ਸਕਦੇ ਹੋ ਜ਼ਿਲ੍ਹਾ ਜੇਹਲਮ ਕਿਲ੍ਹਾ ਰੋਹਤਾਸ ਦੇ ਅੰਦਰ। ਇਸ ਵੇਲੇ ਅਸੀਂ ਬਿਆਨ ਕਰ ਦੇਵਾਂ ਕਿ ਇਹ ਪਾਵਨ ਸਥਾਨ ਕਿੱਥੇ ਕਿੱਥੇ ਹਨ, ਕਿੱਦਾਂ ਜਾ ਸਕਦੇ ਹੋ, ਇਸ ਵੇਲੇ ਕੀ ਸਥਿਤੀ ਹੈ, ਔਰ ਇਹ ਜਿਹੜੀ ਅਰਦਾਸ ਕੀਤੀ ਜਾਂਦੀ ਸੀ ਕਿ ਸਾਨੂੰ ਇਹਨਾਂ ਪਾਵਨ ਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ ਜਾਣ, ਤੁਹਾਡੇ ਕੋਲ ਤੁਹਾਡੇ ਜਿਹੜੇ ਕੰਟਰੀ ਦੇ ਪਾਸਪੋਰਟ ਹਨ, ਤੁਸੀਂ ਇਹਨਾਂ ਸਥਾਨਾਂ 'ਤੇ ਜਾ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਦੇ ਹੋ, ਪਰ ਜਿਹੜਾ ਨਹੀਂ ਕਰ ਸਕਦਾ ਉਹਦੇ ਵਾਸਤੇ ਇਹ ਬੁੱਕ ਹਾਜ਼ਰ ਹੈ, ਔਰ ਇਹਦੇ ਵਿੱਚ ਸਾਰੇ ਸਥਾਨਾਂ ਦੇ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ। ਇਹ ਉੱਤੇ ਇਹਦੇ ਪੰਜਾਬੀ 'ਚ ਲਿਖਿਆ ਗੁਰਮੁਖੀ ਲਿਪੀ 'ਚ, ਥੱਲੇ ਪੰਜਾਬੀ ਸ਼ਾਹਮੁਖੀ 'ਚ, ਉਸ ਤੋਂ ਬਾਅਦ ਇੰਗਲਿਸ਼ ਟ੍ਰਾਂਸਲੇਸ਼ਨ। ਇਸ ਧਰਤੀ ਤੋਂ ਇੱਕ ਗੱਲ ਬਹੁਤ ਪੱਕੀ ਹੈ ਕਿ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਵਿਹੜਾ ਇੰਝ ਹੀ ਵਸਦਾ ਰਹੇ, ਤਾਂ ਫਿਰ ਆਪਣੀ ਅਗਲੀ ਪੀੜ੍ਹੀ ਨੂੰ ਇਹਨਾਂ ਪਾਵਨ ਸਥਾਨਾਂ ਦੇ ਨਾਲ ਜੋੜੋ। ਜਦੋਂ ਤੁਸੀਂ ਇਹਨਾਂ ਨੂੰ ਇਹਨਾਂ ਸਥਾਨਾਂ ਦੇ ਨਾਲ ਜੋੜੋਗੇ ਤਾਂ ਇਹ ਇੱਕ ਵਿਹੜਾ ਇੰਝ ਹੀ ਹਰਾ ਭਰਿਆ ਰਹੇਗਾ, ਇੰਝ ਹੀ ਇੱਥੇ ਗੁਰਬਾਣੀ ਦਾ ਕੀਰਤਨ ਚੱਲਦਾ ਰਹੇਗਾ। ਸੋ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਆਪਾਂ ਇਸ ਪਾਸੇ ਵੱਲ ਜਾ ਰਹੇ ਹਾਂ ਤਾਂ ਡੈਫੀਨੇਟਲੀ ਹਰ ਇੱਕ ਸਿੱਖ ਨੂੰ ਦੇ ਦਿਲ ਵਿੱਚ ਹੈਗੀ ਤਮੰਨਾ ਕਿ ਉਹ ਜਾ ਕੇ ਆਪਣੇ ਐਟਲੀਸਟ ਇਹਨਾਂ ਗੁਰਧਾਮਾਂ ਦੇ ਜਿੱਥੇ ਸਾਡੇ ਸਤਿਗੁਰਾਂ ਦੇ ਚਰਨ ਪਏ, ਜਿੱਥੇ ਉਹਨਾਂ ਨੇ ਆਪਣਾ ਜੀਵਨ ਬਿਤਾਇਆ, ਉਹਨਾਂ ਦੇ ਦਰਸ਼ਨ ਕਰ ਸਕੀਏ। ਜਿਸ ਤਰ੍ਹਾਂ ਬਾਕੀ ਧਰਮਾਂ ਲਈ ਆਪਣੇ ਮੁਕੱਦਸ ਸਥਾਨ ਨੇ, ਮੈਂ ਸਮਝਦਾ ਕਿ ਸਾਡੇ ਲਈ ਵੀ ਇਹ ਮੱਕਾ ਹੈ, ਮੱਕੇ ਤੋਂ ਘੱਟ ਨਹੀਂ ਮੈਂ ਸਮਝਦਾ। ਸੋ ਇਸ ਕਰਕੇ ਮੈਂ ਫਿਰ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ। ਮੈਂ ਤੁਹਾਨੂੰ ਵੇਖਿਆ ਸੀਗਾ, ਤੁਸੀਂ ਫਰੀਮੌਂਟ ਗੁਰਦੁਆਰਾ ਸਾਹਿਬ ਜਦੋਂ ਬੁੱਕ ਰਿਲੀਜ਼ ਕੀਤੀ ਉੱਥੇ ਆਏ ਸੋ, ਪਰ ਉਹਦਾ ਰਿਜ਼ਲਟ ਜਿਹੜਾ ਮੈਂ ਅੱਜ ਦੇਖ ਰਿਹਾ, ਮੇਰੇ ਮਨ 'ਚ ਵੀ ਤਮੰਨਾ ਸੀਗੀ ਕਿ ਮੈਂ ਜਾ ਕੇ ਇਹਨਾਂ ਗੁਰਧਾਮਾਂ ਦੇ ਦਰਸ਼ਨ ਕਰਾਂ। ਅਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਇਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।